ਦੀ ডিফেন্স ਸੈਕਟਰੀ ਲੌਇਡ ਆਸਟਨ ਹੁਣਾਂ ਨੇ ਅੱਜ ਅਨਾਉਂਸ ਕੀਤਾ ਹੈ ਕਿ ਯੂ ਐਸ ਗਵਰਨਮੈਂਟ ਦੇ ਕੋਲ ਐਵਿਡੈਂਸ ਆ ਕਿ ਨਾਰਥ ਕੋਰੀਆ ਨੇ ਆਪਣੇ ਜਿਹੜੇ ਫੌਜੀ ਆ ਉਹ ਰਸ਼ੀਆ ਨੂੰ ਭੇਜੇ ਹੋਏ ਹੈਗੇ ਆ ਤੇ ਆਲਰੇਡੀ ਡਿਪਲੋਏਡ ਯੂਕਰੇਨ ਤੇ ਜਿਹੜਾ ਸਾਊਥ ਕੋਰੀਆ ਆ ਉਹਨਾਂ ਨੇ ਬਾਰ ਬਾਰ ਕਿਊਜ਼ ਕੀਤਾ ਸੀ ਕਿ ਨਾਰਥ ਕੋਰੀਆ ਵਾਲੇ ਆਪਣੇ ਫੌਜੀਆ ਨੂੰ ਰਸ਼ੀਆ ਦੇ ਵਿੱਚ ਭੇਜ ਰਹੇ ਆ ਸਾਡੇ ਅਗੇਂਸਟ ਫਾਈਟ ਕਰਨ ਦੇ ਲਈ ਨਾਟੋ ਤੇ ਯੂਨਾਈਟਿਡ ਸਟੇਟਸ ਉਹਨਾਂ ਨੇ ਪਹਿਲਾਂ ਕਨਫਰਮ ਨਹੀਂ ਕੀਤਾ ਸੀ ਟਰੂ ਮੂਵਮੈਂਟਸ ਪਰ ਅੱਜ ਲੋਇਡ ਆਸਟਨ ਉਹਨਾਂ ਨੇ ਇਹ ਕਿਹਾ ਆ ਭਈ ਸਾਡੇ ਕੋਲ ਹੁਣ ਐਵੀਡੈਂਸ ਆ ਗਿਆ ਆ ਭਈ ਨਾਰਥ ਕੋਰੀਆ ਦੇ ਟਰੂਪ ਆਲਰੇਡੀ ਰਸ਼ੀਆ ਦੇ ਵਿੱਚ ਹੈਗੇ ਆ ਤੇ ਸਾਨੂੰ ਇਹ ਹੁਣ ਦੇਖਣਾ ਪਊਗਾ ਭਈ ਆਪਾਂ ਕੀ ਕਰਨਾ ਹੈਗਾ ਆ ਤੇ ਕਹਿੰਦੇ ਭਈ ਯੈਸ देयर इज ਐਵੀਡੈਂਸ ਥੈਟ देयर ਆਰ ਡੀਪੀਆਰਕੇ ਟਰੂਪਸ ਇਨ ਰਸ਼ੀਆ ਇਹ ਉਹਨਾਂ ਨੇ ਡੈਮੋਕਰੇਟਿਕ ਪਬਲਿਕ ਰਿਪਬਲਿਕ ਆਫ ਕੋਰੀਆ ਜਿਹੜਾ ਨਾਰਥ ਕੋਰੀਆ ਉਹਦੇ ਸਬੰਧ ਦੇ ਵਿੱਚ ਇਹ ਸ਼ਬਦ ਵਰਤੇ ਹੈਗੇ ਆ ਸਾਊਥ ਕੋਰੀਆ ਦੀ ਨੈਸ਼ਨਲ ਇੰਟੈਲੀਜੈਂਸ ਸਰਵਿਸ ਨੇ ਪਿਛਲੇ ਹਫਤੇ ਦੱਸਿਆ ਸੀ ਕਿ 1500 ਦੇ ਕਰੀਬ ਨਾਰਥ ਕੋਰੀਆ ਦੇ ਸਪੈਸ਼ਲ ਆਪਰੇਸ਼ਨ ਟਰੂਪਸ ਰਸ਼ੀਆ ਦੇ ਵਿੱਚ ਟ੍ਰੇਨ ਕੀਤੇ ਜਾ ਰਹੇ ਹੈਗੇ ਆ ਇਹਨਾਂ ਟਰੂਪਸ ਨੂੰ ਰਸ਼ੀਆ ਦੀਆਂ ਹੀ ਵਰਦੀਆਂ ਦਿੱਤੀਆਂ ਗਈਆਂ ਆ ਉਹੀ ਹਥਿਆਰ ਤੇ ਉਹਨਾਂ ਦੀਆਂ ਆਈਡੀਜ਼ ਵੀ ਆਈਡਿਸ ਵੀ ਜੋ ਆ ਰਸ਼ੀਅਨ ਹੈਗੀਆਂ ਆ ਤੇ ਇਹਨਾਂ ਦਾ ਜਿਹੜਾ ਯੂਨਿਟ ਆ ਉਹ ਸਾਈ베ਰੀਅਨ ਸ਼ੋਲਡਰ ਜਿਹੜੇ ਫੌਜੀ ਹੈਗੇ ਸਾਈ베ਰੀਅਨ ਦੇ ਉਹਨਾਂ ਦੇ ਨਾਲ ਅਸਾਈਨ ਕੀਤਾ ਗਿਆ ਹੈਗਾ ਇਹ ਇੰਟੈਲੀਜੈਂਸ ਏਜੰਸੀ ਨੇ ਰਿਪੋਰਟ ਕੀਤਾ ਹੈਗਾ ਸਾਊਥ ਕੋਰੀਆ ਦੇ ਲਾ ਮੇਕਰਸ ਨੇ ਇਹ ਕਿਹਾ ਆ ਪਈ ਉਹਨਾਂ ਦੀ ਸਪਾਈ ਏਜੰਸੀ ਦੇ ਮੁਤਾਬਕ 1500 ਦੇ ਕਰੀਬ ਟ੍ਰੂਪਸ ਅਲਰੇਡੀ ਰਸ਼ੀਆ ਦੇ ਵਿੱਚ ਮੂਵ ਹੋ ਚੁੱਕੇ ਆ ਰੀਸੈਂਟਲੀ ਜਿਹਦੇ ਨਾਲ ਟੋਟਲ ਹੁਣ ਤੱਕ 3000 ਦੇ ਕਰੀਬ ਨਾਰਥ ਕੋਰੀਆ ਦੇ ਜਿਹੜੇ ਫੌਜੀ ਆ ਉਹ ਰਸ਼ੀਆ ਦੇ ਵਿੱਚ ਡਿਪਲੋਏ ਕੀਤੇ ਹੋਏ ਹੈਗੇ ਆ ਇੱਕ ਸੀਨੀਅਰ ਵਾਈਡਨ ਐਡਮਿਨਿਸਟ੍ਰੇਸ਼ਨ ਉਹਨਾਂ ਦਾ ਆਫੀਸ਼ੀਅਲ ਉਹਨਾਂ ਨੇ ਵਾਸ਼ਿੰਗਟਨ ਪੋਸਟ ਨੂੰ ਇਹ ਦੱਸਿਆ ਕਿ ਜਿਹੜੀ ਯੂਐਸ ਦੀ ਇੰਟੈਲੀਜੈਂਸ ਅਸੈਸਮੈਂਟ ਹੋਈ ਆ ਉਦੇ ਮੁਤਾਬਕ ਖਲਾ 3000 ਨਹੀਂ ਇਸ ਤੋਂ ਵੱਧ ਕਿਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਾਰਥ ਕੋਰੀਆ ਦੇ ਟ੍ਰੂਪ ਰਸ਼ੀਆ ਦੇ ਵਿੱਚ ਟ੍ਰੇਨ ਹੋ ਰਿਹਾ ਹੈ ਤੇ ਉੱਥੇ ਜਿਹੜੇ ਆ ਉਹ ਰਸ਼ੀਆ ਦੇ ਨਾਲ ਫਾਈਟ ਕਰ ਰਹੇ ਹੈਗੇ ਆ ਸਰੋਤਿਆਂ ਨੂੰ ਯਾਦ ਹੋਊਗਾ ਕੁਝ ਸਮਾਂ ਪਹਿਲਾਂ ਇਹ ਵੀ ਖਬਰਾਂ ਆਈਆਂ ਸੀ ਕਿ ਕੁਝ ਈਂਡੀਆ ਤੋਂ ਲੋਕ ਜਿਨ੍ਹਾਂ ਚ ਪੰਜਾਬੀ ਵੀ ਸੀ ਉਹ ਰਸ਼ੀਆ ਗਏ ਸੀ ਤੇ ਉਹਨਾਂ ਨੂੰ ਉੱਥੇ ਜਿਹੜਾ ਆਰਮੀ ਦੇ ਵਿੱਚ ਉਹਨਾਂ ਨੇ ਆਲਰੇਡੀ ਭਰਤੀ ਕਰ ਰਿਆ ਸੀਗਾ ਸੋ ਹੁਣ ਕਲੀਅਰਲੀ ਇਹ ਹੋ ਗਿਆ ਕਿ ਨਾਰਥ ਕੋਰੀਆ ਓਪਨਲੀ ਰਸ਼ੀਆ ਦੀ ਜਿਹੜੀ ਸਪੋਰਟ ਆ ਉਹੋ ਕਰ ਰਿਹਾ ਹੈਗਾ ਜੀ ਬਿਲਕੁਲ ਇਸ ਚੀਜ਼ ਦਾ ਜਿਹੜਾ ਖੁਲਾਸਾ ਥੋੜੇ ਚਿਰ ਪਹਿਲਾਂ ਜਿਹੜਾ ਉਹ ਕੀਤਾ ਗਿਆ ਸੀਗਾ ਸਾਊਥ ਕੋਰੀਆ ਦੀ ਜਿਹੜੀ ਇੰਟੈਲੀਜੈਂਸ ਆ ਉਸ ਦੇ ਦੁਆਰਾ ਪਰ ਹੁਣ ਅਮਰੀਕਾ ਵਾਲਿਆਂ ਨੇ ਵੀ ਇਸ ਨੂੰ ਕਨਫਰਮ ਕਰ ਦਿੱਤਾ ਹੈਗਾ ਅਗਲੀ ਗੱਲ ਕਰਦੇ ਚਾਹੀਏ ਹਰਜੋਤ ਸਿੰਘ ਜੀ ਸਾਬਕਾ ਜਿਹੜੇ ਚੀਫ ਆਫ ਸਟਾਫ ਰਹੇ ਨੇ ਸਾਬਕਾ ਰਾਸ਼ਪਤੀ ਟਰੰਪ